ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੁਆਰਾ ਲਿਖਿਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚੱਲਦਾ। ਗੁਰਬਾਣੀ ਅੰਮ੍ਰਿਤ ਰੂਪ ਹੈ। ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ। ਗੁਜਰੀ ਮਹੱਲਾ ਚੌਥਾ। ਇਸ ਗੁਰਪ੍ਰਮਾਣ ਅੰਦਰ ਗੁਰਬਾਣੀ ਦੀ ਅੰਮ੍ਰਿਤ ਰੂਪੀ ਪਾਰਸ ਕਲਾ ਵਿਦਮਾਨ ਹੈ। ਸਤਿਗੁਰ ਕੀ ਬਾਣੀ ਜੋ ਹੈ ਸੋ ਅੰਮ੍ਰਿਤ ਬਚਨਾ ਭਰੀ ਹੈ, ਭਾਵ ਗੁਰਬਾਣੀ ਰੂਪੀ ਜੋ ਗੁਰਵਾਕ ਹਨ ਸੋ ਅੰਮ੍ਰਿਤ ਬਚਨ ਹਨ। ਜੋ ਇਹਨਾਂ ਅੰਮ੍ਰਿਤ ਬਚਨਾਂ ਨੂੰ ਬੋਲਦਾ ਹੈ ਤਿਸ ਦੇ ਮੁੱਖ ਵਿੱਚ ਅੰਮ੍ਰਿਤ ਪੈਂਦਾ ਹੈ। ਗੁਰਬਾਣੀ ਦੇ ਪਾਠ ਮਾਤਰ ਵਿੱਚ ਇਹ ਪਾਰਸ ਕਲਾ ਹੈ ਕਿ ਇਸ ਦੇ ਪਾਠ ਕਰਨ ਹਾਰੇ, ਗਾਵਣ ਹਾਰੇ, ਬੋਲਣ ਵਖਾਨਣ ਹਾਰੇ ਗੁਰਮੁਖ ਵਿਵੇਕੀ ਜਨ ਦੇ ਹਿਰਦੇ ਅੰਤਰ ਅੰਮ੍ਰਿਤ ਦਾ ਪ੍ਰਭਾਵ ਵਰਤ ਜਾਂਦਾ ਹੈ। ਸੋ ਦੇਖੀਏ ਗੁਰਬਾਣੀ ਦੇ ਪਾਠ ਮਾਤਰ ਦਾ ਗੁਰਮਤ ਕਰਮ ਵਿਵੇਕ ਵਿਵੇਕੀ ਜਨ ਪਾਠੀ ਜਨ ਨੂੰ ਕਿਸ ਅੰਮ੍ਰਿਤ ਕਲਾ ਵਿੱਚ ਜਾ ਖਿਡਾਉਂਦਾ ਹੈ। ਪਰ ਇਸ ਅੰਮ੍ਰਿਤ ਕਲਾ ਦੇ ਕੌਤਕ ਦੀ ਸਾਰ ਉਸੇ ਨੂੰ ਹੀ ਹੈ ਜਿਸ ਨੇ ਕਿ ਅੰਮ੍ਰਿਤ ਕੀ ਸਾਰ ਸੋਈ ਜਾਣਾ ਜੇ ਅੰਮ੍ਰਿਤ ਕਾ ਵਪਾਰੀ ਜੀਓ ਦੇ ਗੁਰਭਾਵ ਅਨੁਸਾਰ ਇਸ ਅੰਮ੍ਰਿਤ ਰੂਪੀ ਪਾਰਸ ਨੂੰ ਵਿਹਾਜਿਆ ਵਰਤਿਆ ਹੈ, ਅਰਥਾਤ ਜਿਸ ਨੇ ਇਸ ਅੰਮ੍ਰਿਤ ਕਾਰ ਨੂੰ ਕਮਾਇਆ ਹੈ। ਕਾਰ ਕਮਾਉਣ ਨਾਲ ਪਾਰਸ ਕਲਾ ਵਰਤਦੀ ਹੈ। ਪਾਰਸ ਨੂੰ ਪਰਸਿਆ ਵਰਤਿਆ ਨਾ ਜਾਏ ਤਾਂ ਪਾਰਸ ਕਲਾ ਨੇ ਕੀ ਵਰਤਣਾ ਸੀ? ਪਾਰਸ ਨੂੰ ਵਰਤਣ ਵਰਤੋਂ ਵਿੱਚ ਲਿਆਉਣ ਕਰ ਹੀ ਪਾਰਸ ਕਲਾ ਨੇ ਵਰਤਣਾ ਹੋਇਆ। ਪਾਰਸ ਨੂੰ ਵਰਤਣਾ ਵਰਤੋਂ ਵਿੱਚ ਲਿਆਉਣਾ, ਵੇਖ ਲਓ ਇਸ ਪ੍ਰਕਾਰ ਦਾ ਉੱਚਾ ਸੁੱਚਾ ਵਰਤੋਂ ਵਿਵਹਾਰ ਹੈ। ਇਸ ਦੀ ਸਾਰ ਹੀ ਨਹੀਂ ਤਦੇ ਇਸ ਨੂੰ ਨਹੀਂ ਕਮਾਈ ਦਾ ਅਤੇ ਇਸ ਪਾਰਸ ਨੂੰ ਵਰਤੋਂ ਵਿੱਚ ਨਹੀਂ ਲਿਆਈ ਦਾ। ਜਿਨ੍ਹਾਂ ਨੂੰ ਸਾਰ ਆਈ ਹੈ ਉਹ ਪੂਰਨ ਪ੍ਰੇਮ ਭਾਵਨਾ ਸੰਯੁਕਤ ਇਸ ਨੂੰ ਕਮਾਉਂਦੇ ਹਨ। ਜਿਉਂ ਜਿਉਂ ਕਮਾਉਂਦੇ ਹਨ ਤਿਉਂ ਤਿਉਂ ਰਸ ਪਾਉਂਦੇ ਹਨ। ਜਿਉਂ ਜਿਉਂ ਉਹਨਾਂ ਨੂੰ ਰਸ ਆਉਂਦਾ ਹੈ ਤਿਉਂ ਤਿਉਂ ਤਿਨ੍ਹਾਂ ਨੂੰ ਇਸ ਪਾਰਸ ਦੇ ਕਮਾਉਣ ਦਾ ਪ੍ਰੇਮ ਹੋਰ ਵਧੇਰੇ ਵਧਦਾ ਹੈ। ਇਸ ਪਾਰਸ ਕਮਾਈ ਦੇ ਪ੍ਰੇਮ ਰਹੱਸ ਵਿੱਚ ਰੱਤੇ ਜਾਣ ਕਰਕੇ ਇਸ ਪਾਰਸ ਕਮਾਈ ਦੇ ਪ੍ਰੇਮ ਵਿਵੇਕੀਆਂ ਨੂੰ ਪ੍ਰੀਤਮ ਸਾਈਂ ਦੀ ਸੱਚੀ ਸਿਆਣ ਆ ਜਾਂਦੀ ਹੈ। ਫੇਰ ਉਹ ਇਸ ਪਾਰਸ ਪ੍ਰੇਮ ਕਮਾਈ ਵੱਲੋਂ ਕਦੇ ਮੂੰਹ ਨਹੀਂ ਮੋੜਦੇ, ਅਰਥਾਤ ਕਮਾਈ ਅੰਦਰ ਸਰਬਦਾ ਕਾਲ ਤਤਪਰ ਰਹਿੰਦੇ ਹਨ। ਬਲਕਿ ਸਾਈਂ ਸਮਝਾਤੇ ਪ੍ਰੀਤਮ ਪ੍ਰੇਮ ਵਿੱਚ ਰਤਨ ਨੇ ਪ੍ਰੇਮ ਵਿਵੇਕੀਆਂ ਦੀ ਪਛਾਣ ਪਰਖ ਹੀ ਇਹ ਹੁੰਦੀ ਹੈ ਕਿ ਉਹ ਇਸ ਪਾਰਸ ਕਮਾਈ ਵੱਲੋਂ ਕਦਾਚਿਤ ਮੁੱਖ ਨਹੀਂ ਮੋੜਦੇ, ਅਰਥਾਤ ਬੇਮੁੱਖ ਨਹੀਂ ਹੁੰਦੇ। ਜੈਸੇ ਕਿ ਇਸ ਗੁਰਵਾਕ ਦੀ ਤੁਕ ਦਾ ਭਾਵ ਹੈ, ਰੱਤੇ ਸੇਈ ਜੇ ਮੁੱਖ ਨਾ ਮੋੜਨ, ਜਿੰਨੀ ਸਿੰਝਾਤਾ ਸਾਈਂ। ਇਸ ਤੋਂ ਉਲਟ ਜਿਨ੍ਹਾਂ ਨੂੰ ਇਸ ਪਾਰਸ ਕਮਾਈ ਦੀ ਸਾਰ ਨਹੀਂ ਆਈ ਉਹਨਾਂ ਨੇ ਇਹ ਕਾਰ ਨਹੀਂ ਕਮਾਈ। ਜਿਨ੍ਹਾਂ ਨੂੰ ਇਹ ਸਾਰ ਕਮਾਈ ਰੂਪੀ ਕਾਰ ਨਹੀਂ ਆਈ ਉਹ ਕੱਚੇ ਬਿਰਹੀ ਵਿੱਚ ਵਿਚਾਲੇ ਹੀ ਝੜ ਪੈਂਦੇ ਹਨ, ਯਥਾ
ਝੜ ਝੜ ਪਵੰਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਜਿਨ੍ਹਾਂ ਨੇ ਇਸ ਪਾਰਸਕਾਰ ਕਮਾਈ ਦੀ ਸਾਰ ਨਹੀਂ ਪਾਈ, ਉਹਨਾਂ ਨੇ ਹੀ ਇਹ ਕਾਰ ਨਹੀਂ ਕਮਾਈ। ਆਮ ਤੌਰ ਪਰ ਇਸ ਕਾਰ ਪਵਿੱਤਰ ਕਾਰ ਨੂੰ ਅੰਮ੍ਰਿਤ ਬਾਣੀ ਦੇ ਅਭਿਆਸ ਰੂਪੀ ਕਾਰ ਨੂੰ ਤਦੇ ਹੀ ਨਹੀਂ ਕਮਾਈਦਾ ਕਿ ਇਸ ਦੀ ਪਾਰਸ ਕਲਾ ਵਾਲੀ ਸਾਰ ਅੰਮ੍ਰਿਤ ਗੁਣਾਂ ਵਾਲੀ ਸਾਰ ਨੂੰ ਨਹੀਂ ਪਾਈਦਾ। ਇੱਥੋਂ ਤਾਈਂ ਇਸ ਕਾਰ ਕਮਾਈ ਵੱਲੋਂ ਝੜ ਝੜ ਪੈਣ ਦੀ ਕਚਿਆਈ ਦੇਖਣ ਵਿੱਚ ਆਈ ਹੈ ਕਿ ਗੁਰਬਾਣੀ ਦੇ ਪਾਠ ਨਿਤਨੇਮ ਅਭਿਆਸ ਨੂੰ ਲਾਜ਼ਮੀ ਕਾਰ, ਜ਼ਰੂਰੀ ਕਰਨ ਜੋ ਕਾਰ, ਹੁਕਮ ਰਜਾਈ ਪ੍ਰੇਮ ਕਾਰ ਹੀ ਨਹੀਂ ਸਮਝਿਆ ਜਾਂਦਾ, ਜੋ ਗੁਰੂ ਦੇ ਨੇਮੀ ਪ੍ਰੇਮੀ ਅਤੇ ਸਾਰ ਵਿਵੇਕੀ ਸਚਿਆਰ ਸਿੰਘ ਸੱਜਣ ਸਵੱਜਣ ਹਨ। ਸੋ ਗੁਰਬਾਣੀ ਦੇ ਪਾਠ ਅਭਿਆਸ ਦੇ ਪ੍ਰੇਮ ਨੇਮ ਵਾਲੀ ਪਵਿੱਤਰ ਕਾਰ ਸਭ ਕੰਮਾਂ ਤੋਂ ਮੁੱਖ ਅਤੇ ਸ੍ਰੇਸ਼ਟ ਉੱਚ ਕਰਮ ਸਮਝ ਕੇ ਨਿਤਾ ਪ੍ਰਤ ਨਿਭਾਉਂਦੇ ਹਨ। ਗੁਰਬਾਣੀ ਦੇ ਨੇਮੀ ਪ੍ਰੇਮੀ ਗੁਰਮੁਖ ਪਿਆਰੇ ਸੱਜਣ ਨੂੰ ਜੋ ਨੀਵੀਂ ਨਜ਼ਰ ਨਾਲ ਦੇਖਣ ਵਾਲੇ ਪੁਰਸ਼ ਹਨ, ਜੋ ਇਸ ਨਿਤਨੇਮ ਦੀ ਪ੍ਰੇਮ ਕਾਰ ਨੂੰ ਕਰਮ ਕਾਂਡ ਹੀ ਸਮਝਦੇ ਹਨ, ਸੋ ਪਰਲੇ ਦਰਜੇ ਦੇ ਵਿਵੇਕਹੀਣ ਗੁਰਮਤ ਤੋਂ ਸੱਖਣੇ ਮਨਮਤੀ ਪੁਰਸ਼ ਹਨ। ਰਹਿਤਵਨ ਸਿੰਘ ਦੀ ਉੱਤਮ ਵਿਵੇਕ ਧਾਰਨਾ ਰੂਪੀ ਉੱਚ ਗੁਰਮਤ ਕਮਾਈ ਸੰਧੀ ਸੁਖ ਮਹਿਲ ਰਹਿਣੀ ਵਿੱਚੋਂ ਇੱਕ ਪੱਕਾ ਥੰਮ ਗੁਰਬਾਣੀ ਦਾ ਨਿਤਨੇਮ ਹੈ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਹਿ ਨ ਸਾਕੈ ਜਾਲੇ ਰਹਾਉ। ਨਿਰਧਨ ਕਹੋ ਧਨ, ਅੰਧਲੇ ਕਹੋ ਟਿੱਕ, ਮਾਤ ਦੁੱਧ ਜੈਸ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਧਨਾਸਰੀ ਮਹੱਲਾ ਪੰਜਵਾਂ। ਇਸ ਗੁਰ ਪ੍ਰਮਾਣ ਅੰਦਰ ਗੁਰ ਕੇ ਬਚਨ ਰੂਪੀ ਗੁਰ ਸ਼ਬਦ, ਗੁਰ ਮੰਤਰ, ਗੁਰਮਤ ਨਾਮ ਦੀ ਅਤੇ ਗੁਰ ਸ਼ਬਦ ਸੰਧੀ ਪਾਰਸ ਵਿਵੇਕ ਕਮਾਈ ਦੀ ਮਹਾ ਮਹਾਤਮ ਮਈ ਬਚਿੱਤਰ ਮਹਿਮਾ ਦਰਸਾਈ ਹੈ। ਪ੍ਰਥਮ ਦੁਤੁਕੀ ਦੁਆਰਾ ਤਾਂ ਗੁਰ ਸ਼ਬਦ ਗੁਰਮੰਤਰ ਰੂਪੀ ਗੁਰ ਕੇ ਬਚਨ ਨੂੰ ਇੱਕ ਲਿਵਤਾਰ ਵਿੱਚ ਲਗਾਤਾਰ ਸਿਮਰਨ ਦੀ ਅਤੇ ਸਵਾਸ ਸਵਾਸ ਸੰਭਾਲਣ ਹਿਰਦੇ ਅੰਦਰ ਪਰੋ ਕੇ ਅਭਿਆਸ ਕਰਨ ਦੀ ਭਾਵ ਭਾਵਨੀ ਦ੍ਰਿੜਾਈ ਹੈ ਅਤੇ ਇਸ ਸਿਮਰਨ ਅਤੇ ਸੰਭਾਲਣ ਦੀ ਪਾਰਸ ਸ਼ਕਤੀ ਕਰ ਅਪਾਰ ਆਤਮ ਸੁੱਖਾਂ ਅਤੇ ਸਰੀਰਕ ਸੁੱਖਾਂ ਦੀ ਪ੍ਰਾਪਤੀ ਸੰਬੋਧਨ ਜਾਣਕਾਰੀ ਕਰਾਈ ਹੈ। ਇਸ ਲੋਕ ਵਿਖੇ ਵੀ ਅਤੇ ਪਰਲੋਕ ਵਿਖੇ ਵੀ ਸਾਰ ਗੁਰਮਤਿ ਵਿਵੇਕ ਕਮਾਈ ਦੁਆਰਾ ਕਮਾਇਆ ਹੋਇਆ ਇਹ ਗੁਰਬਚਨ ਰੂਪੀ ਨਾਮ ਵਿਵੇਕੀ ਜਨਾਂ ਦੇ ਸਦਾ ਸੰਗ ਸਹਾਈ ਹੁੰਦਾ ਹੈ ਅਤੇ ਜਿੱਥੇ ਕਿੱਥੇ ਵੀ ਭੀੜੀ ਬਣਦੀ ਹੈ ਅਤੇ ਔਖੀ ਘੜੀ ਆਉਂਦੀ ਹੈ ਤਿੱਥੇ ਇਹ ਨਾਮ ਹੀ ਰਾਖਾ ਹੋ ਕੇ ਰਖਵਾਲੀ ਕਰਦਾ ਹੈ। ਜੈਸੇ ਕਿ
ਇਹਨਾਂ ਅਗਲੇਰੇ ਗੁਰਵਾਕਾਂ ਦੇ ਭਾਵ ਤੋਂ ਸਪਸ਼ਟ ਹੈ। ਯਥਾ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਨ ਮਾਹੇ ਉਧਾਰੀ। ਤਥਾ ਜਿਹ ਮਾਰਗ ਇਹ ਜਾਤ ਇਕੇਲਾ ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਅਨਕ ਵਿਘਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ। ਪੁਨਾ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ। ਜੇ ਪੈਂਡੈ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਝਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ। ਜੈ ਮਹਾਭਿਆਨ ਤਪਤ ਬੋਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ। ਜਹਾਂ ਤ੍ਰਿਖਾ ਮਨ ਤੁਜ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਰਹਾਓ ਵਾਲੀ ਤੁਕ ਵੀ ਉੱਪਰਲੇ ਭਾਵ ਦੀ ਪ੍ਰੋੜਤਾ ਕਰਦੀ ਹੈ ਕਿ ਜਿਸ ਵਿਵੇਕੀ ਜਾਂਦੇ ਜੀ ਨਾਲੇ ਅੰਤਰ ਆਤਮੇ ਗੁਰ ਕਾ ਬਚਨ ਅਰਥਾਤ ਨਾਮ ਗੁਰਮੰਤਰ ਵਸਦਾ ਹੈ। ਉਹ ਜਲ ਵਿੱਚ ਵੀ ਨਹੀਂ ਡੁੱਬਦਾ, ਉਹ ਚੋਰਾਂ ਤੋਂ ਵੀ ਨਹੀਂ ਲੁਟੀਂਦਾ ਖੋਹੀਂਦਾ, ਉਸ ਨੂੰ ਅਗਨੀ ਵੀ ਨਹੀਂ ਜਲਾ ਸਕਦੀ। ਅਗਲੀ ਦਤੁਕੀ ਦੱਸਦੀ ਹੈ ਕਿ ਗੁਰ ਕਾ ਬਚਨ ਅਰਥਾਤ ਗੁਰਮਤ ਨਾਮ ਨਿਰਧਨਾ ਕੰਗਾਲਾਂ ਦਾ ਸੱਚਾ ਅਵਿਨਾਸ਼ੀ ਧਨ ਹੈ, ਜਿਸ ਦਾ ਜਲ ਅਗਨੀ ਕਰਕੇ ਵੀ ਵਿਨਾਸ਼ ਨਹੀਂ ਹੋ ਸਕਦਾ, ਜਿਸ ਨੂੰ ਚੋਰ ਉਚੱਕਾ ਵੀ ਚੁਰਾ ਚੱਕ ਕੇ ਨਹੀਂ ਕਿਤੇ ਲਿਜਾ ਸਕਦਾ, ਅਤੇ ਨੇਤਰਹੀਨ ਅੰਧਲੇ ਪੁਰਸ਼ਾਂ ਦੀ ਸੱਚੀ ਟੇਕ ਹੈ, ਅਤੇ ਅਭਿਆਸੀ ਜਨਾਂ ਨੂੰ ਤ੍ਰਿਪਤਾਵਣ ਹਿੱਤ ਬਾਲਕ ਨਮਿਤ ਮਾਤ ਦੁੱਧ ਦੀ ਨਿਆਈ ਪ੍ਰਤਿਪਾਲਕ ਹੈ। ਗੁਰੂ ਕਿਰਪਾਲ ਨੇ ਕਿਰਪਾ ਕਰ ਇਸ ਨਾਮ ਨੂੰ ਅਸਾਡੀ ਨਮਿਤ ਧੁਰ ਦਰਗਾਹੋਂ ਲਿਆ ਕੇ ਅਸਾਡੇ ਭਾਵ ਸਾਗਰ ਦੇ ਤਰਨ ਲਈ ਬੋਹਿਤ ਜਹਾਜ਼ ਰੂਪ ਬਣਾਇਆ ਹੈ। ਤਾਂ ਤੇ ਐਸੇ ਗੁਰੂ ਕੇ ਬਚਨ ਨੂੰ ਕਮਾਵਣਾ ਅਰਥਾਤ ਨਾਮ ਦੀ ਅਭਿਆਸ ਕਮਾਈ ਰੂਪੀ ਸਾਰ ਵਿਵੇਕ ਦਾ ਧਾਰਨਾ ਹਰੇਕ ਸਚਿਆਰ ਸਿੱਖ ਦਾ ਸ੍ਰੇਸ਼ਟ ਧਰਮ ਵ ਉੱਤਮ ਕਰਮ ਹੈ। ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹੋ ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ ਰੂਪ ਅਨਰੂਪ ਮੋਰੋ ਕੱਛ ਨਾ ਮੇਰੋ ਕੱਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ ਪੇਖਿਓ ਲਾਲਨ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ। ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ। ਭਾਵ ਜੋ ਗੁਰਦੁਆਰੇ ਹੋਏ ਕੈ ਸਾਹਿਬ ਸੰਭਾਲਦੇ ਹਨ ਉਹਨਾਂ ਦੇ ਉੱਪਰ ਤੁੱਠ ਕੇ ਸਮਰੱਥ ਦਾਤਾਰ ਪ੍ਰਭੂ ਐਸੇ ਗੁਣ ਉਪਕਾਰ ਦੀ ਦਇਆਲਤਾ ਕਰਦੇ ਹਨ ਕਿ ਉਹਨਾਂ ਦੇ ਪੰਜੇ ਦੋਖ ਅਹੰ ਰੋਗ ਸਮੇਤ ਸਗਲੇ ਦੂਰ ਕਰ ਦਿੰਦੇ ਹਨ
ਅਤੇ ਉਹਨਾਂ ਦੇ ਸਭ ਵਿਖਿਆ ਬੰਧਨ ਤੋੜ ਦਿੰਦੇ ਹਨ ਅਤੇ ਵਿਖ ਮਾਇਆ ਤੋਂ ਛੁਡਾ ਕੇ ਗੁਰੂ ਦਾ ਸ਼ਬਦ ਉਹਨਾਂ ਦੇ ਹੀਰੇ ਅੰਦਰ ਪ੍ਰਵੇਸ਼ ਕਰ ਦਿੰਦੇ ਹਨ। ਇਸ ਗੁਰੂ ਕੇ ਸ਼ਬਦ ਨਾਮ ਮੰਤਰ ਦੇ ਹੀ ਅੰਤਰ ਆਤਮੇ ਪ੍ਰਵੇਸ਼ ਹੋਣ ਦਾ ਸਾਰਾ ਪ੍ਰਤਾਪ ਵਰਤਦਾ ਹੈ ਕਿ ਉੱਪਰਲੇ ਗੁਣ ਪ੍ਰਗਟ ਹੋਏ ਆਉਂਦੇ ਹਨ। ਇਸ ਗੁਰੂ ਕੇ ਸ਼ਬਦ ਨਾਮ ਮੰਤਰ ਦੇ ਹੀ ਅੰਤਰ ਆਤਮੇ ਪ੍ਰਵੇਸ਼ ਹੋਣ ਦਾ ਸਾਰਾ ਪ੍ਰਤਾਪ ਵਰਤਦਾ ਹੈ ਕਿ ਉੱਪਰਲੇ ਗੁਣ ਪ੍ਰਗਟ ਹੋਏ ਆਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।